3 ਵਜੇ ਦਾ ਟਾਈਮ ਦਿੱਤਾ ਸੀ ਭਾਈ ਉਹਨਾਂ ਨੂੰ ਮਿਲਣ ਦਾ ਉਹ ਮੇਰੀ ਗੱਡੀ ਰੋਕ ਕੇ ਉਹ ਭਾਈ ਮੁੱਲਾਪੁਰ ਚੱਜ ਰੌਣਕਾਂ ਲੱਗਦੀਆਂ ਨੇ ਮਿੱਤਰਾਂ ਦੀ ਛੜਿਆਂ ਚ ਹੋਊ ਗਿਣਤੀ ਜਾਂ ਬੇਬੇ ਦਾ ਬਣਾਏਗੀ ਜਵਾਈ ਦੱਸ ਜਾ ਮੋਟਰ ਪਤਾ ਨਹੀਂ ਕਿਹਦੀ ਆ ਪਰ ਹੈਗੀ ਪਿੰਡ ਵਾਲੇ ਵੀ ਜਦੋਂ ਬਜ਼ੁਰਗ ਔਰਤਾਂ ਨੇ ਆ ਕੇ ਮੇਰੇ ਹੱਥ ਚੁੰਮੇ ਉਹਨਾਂ ਨੇ ਮੇਰਾ ਮੱਥਾ ਚੁੰਮਿਆ ਸਰਦੂਲ ਸਿਕੰਦਰ ਸਾਹਿਬ ਜੀ ਉਹਨਾਂ ਦੇ ਘਰਾਣੇ ਦੇ ਸ਼ਾਗਿਰਦ ਵੀ ਹਾਂ ਜੀ ਅਸੀਂ ਸੁਰਜੀਤ ਬਿੰਦਰਖੀਆ ਸਾਹਿਬ ਤੇ ਬੱਬੂ ਭਾਜੀ ਤੇ ਸਾਰੇ ਜਿੰਨੇ ਜੈਦੀ ਭਾਜੀ ਸਲੀਮ ਭਾਜੀ ਫਿਰੋਜ਼ ਖਾਨ ਜੀ ਮਾਸ਼ਾਲੀ ਜੀ ਜੀ ਖਾਨ ਸਾਰਿਆਂ ਦੇ ਨਾਲ ਸਾਨੂੰ ਕੰਮ ਕਰਨ ਦਾ ਮੌਕਾ ਭਲਵਾਨਾਂ ਨੂੰ ਜੋਸ਼ ਦੇਣ ਲਈ ਢੋਲ ਜਿੱਦਾਂ ਉਹਨਾਂ ਨੂੰ ਖੁਰਾਕ ਖਾਣੀ ਪੈਂਦੀ ਹੈ ਦੇਸੀ ਘਿਓ ਪੀਣਾ ਪੈਂਦਾ ਏਦਾਂ ਹੀ ਢੋਲ ਨੂੰ ਵੀ ਪਿਲਾਉਣਾ ਪੈਂਦਾ ਫਿਰ ਇਹ ਬੜਕ ਮਾਰਦਾ ਨਹੀਂ ਇਹਨਾਂ ਡਰੋਪ ਕੀਤਾ ਇਹਨਾਂ ਦੇ ਘਰਦੇ ਨੇ ਵੀ ਗਾਲਾਂ ਕੱਢਣੀਆਂ ਮੇਰੇ ਘਰਦੇ ਨੇ ਵੀ ਗਾਲਾਂ ਕੱਢਣੀਆਂ ਸੋ ਗੱਲ ਗਾਲਾਂ ਦੀ ਅਸਲ ਚ ਗੱਲਾਂ ਦਾ ਬਹੁਤ ਕਰੀ ਜਾਂਦੇ ਆਪਾਂ ਅਸੀਂ ਨਾ ਜੀ ਭਾਬੀ ਜੀ ਉਹਨਾਂ ਦੇ ਬਹੁਤ ਲੱਖਾਂ ਰੁਪਏ ਦਾ ਇਫੈਕਟ ਪਾਤਾ ਜੀ ਬਾਬੇ ਨੇ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਪਰ ਮੈਂ ਥੋੜ੍ਹਾ ਲੇਟ ਹੋ ਗਿਆ ਹੁਣ ਮੇਰਾ ਧਿਆਨ ਤੁਹਾਡੇ ਵੱਲ ਵੀ ਹੈਗਾ ਪਰ ਗੱਡੀ ਚਲਾਉਣ ਵੱਲ ਜ਼ਿਆਦਾ ਕਿਉਂਕਿ ਸਪੀਡ ਆਪਾਂ ਖਿੱਚੀ ਹੋਈ ਹੈ ਅਤੇ ਗੇੜੀ ਵਿਦ ਗੁਰਜੀਤ 'ਚ ਵੈਲਕਮ ਹੈ ਸਾਰਿਆਂ ਦਾ ਅਤੇ ਐਕਸਲੇਟਰ ਦੱਬਿਆ ਪਿਆ ਸਪੀਡ ਆ ਜੀ ਵਾਹ ਲੇਟ ਹੋ ਗਿਆ 3 ਵਜੇ ਦਾ ਟਾਈਮ ਦਿੱਤਾ ਸੀ ਬਾਈ ਉਹਨਾਂ ਨੂੰ ਮਿਲਣ ਦਾ 3:15 ਹੋ ਗਏ ਨੇ ਅਤੇ ਮਿਲਾ ਕੇ ਇਹਨਾਂ ਨਾਲ ਰਿਹਾ 'ਚ ਮੈਂ ਹੈ ਨਾ ਆਹ ਵੀ ਗੱਲ ਠੀਕ ਹੈ ਚਲੋ ਐਂ ਕਰਦੇ ਹਾਂ ਸਿੱਧਾ ਉਹਨਾਂ ਦੇ ਕੋਲੇ ਚੱਲਦੇ ਹਾਂ ਉੱਥੇ ਜਾ ਕੇ ਫਿਰ ਧਮਾਲਾਂ ਪਾਉਂਦੇ ਹਾਂ ਆਏ ਰੌਣਕਾਂ ਲਾਉਂਦੇ ਹਾਂ ਆ ਜਾਓ ਜੀ ਗੇੜੀ ਵਿਦ ਗੁਰਜੀਤ ਚੱਕ ਮੇਰੀ ਗੱਡੀ ਰੋਕਤੀ ਉਹ ਭਾਈ ਐਵੇਂ ਲੈ ਨਜ਼ਾਰੇ ਲੁੱਟੀ ਜਾਂਦੇ ਨੇ ਚੱਲ ਜੀ ਬਾਈ ਓ ਵਾਹ ਜੀ ਵਾਹ ਨਜ਼ਾਰੇਦਾਰ ਰੋਡ ਹਾਂਜੀ ਬਾਬਾ ਜੀ ਹਾਂਜੀ ਵੀਰੇ ਮੈਂ ਪਿੰਡ ਪਹੁੰਚ ਗਿਆ ਯਾਰ ਨੈਟ ਲੱਗਿਆ ਜਿੱਥੇ ਨਾ ਆਪਣਾ 2 ਮਿੰਟ ਆ ਗਿਆ ਇੱਥੇ ਹੀ ਘਰ ਆ ਬਿਲਕੁਲ ਅੱਛਾ ਜੀ ਹੈਨੋ ਜੀ ਹੈਨੋ ਵਾਹ ਜੀ ਵਾਹ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਸੋ ਜਿਨ੍ਹਾਂ ਬਾਰੇ ਮੈਂ ਗੱਲ ਕਰਦਾ ਆ ਰਿਹਾ ਜੀ ਆਪਾਂ ਪਿੱਛੋਂ ਦੀ ਫੋਲੋ ਅਪ ਕਰਦੇ ਆ ਰਹੇ ਹਾਂ ਸੋ ਇਹ ਨੇ ਜੀ ਜੱਗੀ ਬ੍ਰਦਰਸ ਦੂਜੀ ਗੱਲ ਪਿੰਡ ਬਹੁਤ ਸੋਹਣਾ ਯਾਰ ਮੈਨੂੰ ਤਾਂ ਐ ਲੱਗਿਆ ਜਿਵੇਂ ਮੈਂ ਕਿਸੇ ਗਾਰਡਨ ਚ ਐਂਟਰ ਕਰ ਰਿਹਾ ਹੁੰਦਾ ਬਹੁਤ ਸੋਹਣੇ ਦਰਖਤ ਲਾਏ ਹੋਏ ਨੇ ਐਂਟਰੀ ਤੇ ਬੜਾ ਸੋਹਣਾ ਜਿਹਾ ਮਾਹੌਲ ਬਣਿਆ ਮੁੱਲਾਂਪੁਰ ਦਾ ਸੋ ਹੁਣ ਦੱਸੀ ਜੀ ਗੇੜੀ ਫਿਰ ਆਪਾਂ ਕਿੱਧਰ ਲਾਈਏ ਜਾ ਕੇ ਮੋਟਰ ਤੇ ਚੱਲੀਏ ਹਾਂਜੀ ਹਾਂਜੀ ਕਿੱਥੇ ਤੁਸੀਂ ਬਾਕੀ ਤੁਸੀਂ ਦੱਸੋ ਜਿੱਦਾਂ ਤੁਸੀਂ ਕਹਿੰਦੇ ਹੋ ਜੀ ਇੱਥੋਂ ਆਪਾਂ ਨੂੰ ਗੱਡੀ ਟਰਨ ਕਰਨੀ ਪੈਣੀ ਹੈ ਤਾਂ ਲੌਕਡਾਊਨ ਫਿਰ ਕਿਵੇਂ ਦਾ ਰਿਹਾ ਲੌਕਡਾਊਨ ਵਧੀਆ ਰਿਹਾ ਜੀ ਬਸ ਘਰੇ ਲੌਕਡਾਊਨ ਦੇ ਵਿੱਚ ਪਰਿਵਾਰ ਨਾਲ ਟਾਈਮ ਐਕਸਪੈਂਡ ਕੀਤਾ ਕਿਉਂਕਿ ਪਹਿਲਾਂ ਤਾਂ ਪਰਿਵਾਰ ਸਾਰੇ ਇਦਾਂ ਹੀ ਕਹੀ ਜਾਂਦਾ ਹੁੰਦਾ ਸੀ ਕਿ ਤੁਸੀਂ ਸਾਡੇ ਲਈ ਟਾਈਮ ਨਹੀਂ ਕੱਢਦੇ ਤੁਸੀਂ ਟਾਈਮ ਨਹੀਂ ਕੱਢਦੇ ਸੀਗੇ ਲਓ ਜੀ ਹੁਣ ਸਾਰਾ ਟਾਈਮ ਤੁਹਾਡੇ ਲਈ ਵਾਕੇ ਵਾਕੇ ਕਿ ਭਾਈ ਤੁਸੀਂ ਕਿੱਦਾਂ ਰਿਹਾ ਫਿਰ ਬਹੁਤ ਵਧੀਆ ਭਾਜੀ ਕਰੀ ਨਾਲ ਇੰਜੋਏ ਕੀਤਾ ਅੱਛਾ ਤੇ ਲੱਕੀ ਜੀ ਕਰ ਰਹੇ ਸੀਗੇ ਰਿਆਜ਼ ਅੱਛਾ ਤੇ ਹਾਂਜੀ ਅਸੀਂ ਥੋੜੀ ਪ੍ਰੈਕਟਿਸ ਵੀ ਕਰ ਰਹੇ ਸੀ ਨਾ ਕਰਨਾਲ ਦੇ ਨਾਲ ਠੀਕ ਹੈ ਥੋੜਾ ਰਿਆਜ਼ ਕਰ ਰਹੇ ਸੀਗੇ ਵੀ ਤੁਹਾਨੂੰ ਕਰਨਾ ਚਾਹੀਦਾ ਬਿਲਕੁਲ ਭਾਜੀ ਟਾਈਮ ਕਈ ਵਾਰੀ ਨਹੀਂ ਮਿਲਦਾ ਪ੍ਰੋਗਰਾਮਾਂ 'ਚ ਸਹੀ ਗੱਲ ਹੈ ਸਹੀ ਗੱਲ ਹੈ ਇਹ ਤਾਂ ਗੱਲ ਪੱਕੀ ਹੈ ਬਹੁਤ ਅੱਛਾ ਟਾਈਮ ਸੀ ਨਾ ਰਿਆਜ਼ ਕਰਨ ਅਸਲ 'ਚ ਮੈਂ ਤੁਹਾਨੂੰ ਹੋਰ ਸੱਚੀ ਗੱਲ ਦੱਸਾਂ ਇੱਕ ਜੀ ਤੁਹਾਡੇ ਵੱਲ ਖਿੱਚ ਕਿੱਦਾਂ ਵਧੀਆ ਚਲੋ ਆਪਾਂ ਲਾਗ ਨੇੜੇ ਦੇ ਵੀ ਹੈਗੇ ਆ ਲਾਗੇ ਪਿੰਡਾਂ ਦੇ ਮੈਂ ਬਹੁਤ ਵੱਡਾ ਫੈਨ ਹਾਂ ਢੋਲ ਦਾ ਇਹ ਇੰਸਟਰੂਮੈਂਟ ਦਾ ਹੀ ਆਪਣੇ ਹੈ ਨਾ ਪਰ ਜਿਨ੍ਹਾਂ ਤੋਂ ਪਹਿਲੀ ਵਾਰ ਮੈਂ ਢੋਲ ਸਿੱਖਿਆ ਸੀ 5-7 ਕਲਾਸਾਂ ਹੀ ਲਾ ਸਕੇ ਸੀ ਉਹਨਾਂ ਕੋਲ ਭਾਈ ਉਹਨਾਂ ਕੋਲ ਬਾਈ ਵਿਨੋਦ ਸੀਗੇ ਜੀ ਆਪਣਾ ਜਲੰਧਰ ਤੋਂ ਉਹਨਾਂ ਨੇ ਫਿਰ ਮੈਨੂੰ ਢੋਲ ਸੌਰਟ ਆਫ ਲਾ ਲਓ ਗਿਫਟ ਹੀ ਕਰਤਾ ਸੀ ਉਦੋਂ ਵਾਹ ਵਾਹ ਤੇ ਉਹ ਮੈਂ ਸਾਂਭ ਕੇ ਰੱਖਿਆ ਮੈਂ ਲੈ ਕੇ ਆਉਂਦਾ ਅੱਜ ਭਾਈ ਢੋਲ ਦੱਸੋ ਮੈਨੂੰ ਸਭ ਤੋਂ ਪਹਿਲਾਂ ਤਾਂ ਵੀ ਢੋਲ ਇੰਸਟਰੂਮੈਂਟ ਕੋਈ ਪਹਿਲਾਂ ਪਰਿਵਾਰ 'ਚ ਸੀਗਾ ਕੋਈ ਪਲੇ ਕਰਦਾ ਜਾਂ ਤੁਸੀਂ ਕਿਵੇਂ ਇੱਧਰ ਨੂੰ ਸੋਚਿਆ ਵੀ ਮੈਂ ਢੋਲ ਪਲੇ ਕਰਿਆ ਕਰਾਂ ਪਹਿਲਾਂ ਸਾਡੇ ਉਰੇ ਤਾਂ ਪਰਿਵਾਰ 'ਚ ਕੋਈ ਵੀ ਨਹੀਂ ਸਿੰਗਿੰਗ ਲਾਈਨ ਦੇ ਵਿੱਚ ਜਾਂ ਇੰਸਟਰੂਮੈਂਟ ਲਾਈਨ ਦੇ ਵਿੱਚ ਕੋਈ ਨਹੀਂ ਸੀਗਾ ਹਾਂਜੀ ਅਤੇ ਮੇਰੇ ਨਾ ਨਾਨਕੇ ਪਰਿਵਾਰ ਦੇ ਵਿੱਚ ਮੇਰੇ ਮਾਮਾ ਜੀ ਹੈ ਅੱਛਾ ਜੀ ਮੇਰੇ ਗੁਰੂ ਜੀ ਵੀ ਨੇ ਉਹ ਮੇਰੇ ਮਾਮਾ ਜੀ ਉਹਨਾਂ ਨੇ ਮੈਨੂੰ ਇਹ ਲਾਈਨ ਦੇ ਵਿੱਚ ਲੈ ਕੇ ਆਉਂਦਾ ਠੀਕ ਹੈ ਜੀ ਕਿਉਂਕਿ ਉਹਨਾਂ ਦਾ ਨਾਮ ਹੈਗਾ ਉਹ ਆਪ ਵੀ ਬਹੁਤ ਅੱਛੇ ਸਿੰਗਰ ਵੀ ਆ ਔਰ
ਹਰ ਇੱਕ ਇੰਸਟਰੂਮੈਂਟ ਪਲੇ ਕਰ ਲੈਂਦੇ ਆ ਓਕੇ ਹਾਂ ਜਨਾਬ ਬਿੰਦੂ ਵਾਲੀਏ ਇਹ ਸਭ ਤੋਂ ਵੱਡਾ ਉਹਨਾਂ ਦਾ ਹੱਥ ਹੈ ਮੈਨੂੰ ਮਿਊਜ਼ਿਕ 'ਚ ਲੈ ਕੇ ਆਉਣ ਦਾ ਕਿਉਂਕਿ ਉਹ ਸੁਰਜੀਤ ਬਿੰਦਰਖੀ ਜੀ ਨਾਲ ਕੰਮ ਕਰਦੇ ਸੀ ਮੈਨੇਜ ਕਰਦੇ ਸੀ ਉਹਨਾਂ ਦਾ ਸਾਰਾ ਗਰੁੱਪ ਹੈ ਨਾ ਜੀ ਸੋ ਭਾਅ ਜੀ ਕਿੰਨੇ ਕੁ ਸਾਲਾਂ ਤੋਂ ਹੈਗੇ ਆ ਤੁਸੀਂ ਇਸ ਫੀਲਡ ਦੇ ਵਿੱਚ ਭਾਅ ਜੀ ਮੈਂ ਸਕੂਲ ਟਾਈਮ ਤੋਂ ਹੀ ਹੈਗਾ ਮੈਨੂੰ ਹੋ ਗਏ ਆ ਤਕਰੀਬਨ 25 ਸਾਲ ਅੱਛਾ ਜੀ 25 ਸਾਲ ਹੋ ਗਏ ਆ ਵਾਹ ਜੀ ਵਾਹ ਤੇ ਲੱਕੀ ਬਾਈ ਦੀ ਐਂਟਰੀ ਕਦੋਂ ਹੋਈ ਜੀ ਫਿਰ ਇਸ ਫੀਲਡ 'ਚ ਲੱਕੀ ਬਾਈ ਦੀ ਐਂਟਰੀ ਜੀ ਮੇਰੇ ਤੋਂ ਮੇਰੇ ਖਿਆਲ 10 ਕੁ ਸਾਲ ਬਾਅਦ ਹੋਈ ਹੈ ਅੱਛਾ ਇਹਨੂੰ ਵੀ ਸ਼ੌਕ ਸੀਗਾ ਮੇਰੇ ਨਾਲ ਵਜਾਈ ਜਾਂਦਾ ਸੀਗਾ ਢੋਲ ਅੱਛਾ ਫਿਰ ਅਸੀਂ ਸੋਚਿਆ ਯਾਰ ਅਸੀਂ ਕੁਛ ਨਵਾਂ ਲੈ ਗਈਏ ਢੋਲ 'ਚ ਫਿਰ ਉਦੋਂ ਅਸੀਂ ਸੋਚਿਆ ਵੀ ਢੋਲ ਇੱਕ ਹੈਗਾ ਖੁਸ਼ੀ ਦਾ ਪ੍ਰਤੀਕ ਖੁਸ਼ੀ ਦੇ ਮੌਕਿਆਂ 'ਤੇ ਵੱਜਦਾ ਸਹੀ ਹੈ ਜੀ ਅਤੇ ਸਾਨੂੰ ਫਿਰ ਲੱਗਿਆ ਵੀ ਅਸੀਂ ਨਾ ਢੋਲ ਨੂੰ ਨੱਚ ਕੇ ਵਜਾਈਏ ਅੱਛਾ ਹਾਂਜੀ ਅਸੀਂ ਕਿਹਾ ਢੋਲ ਖੁਸ਼ੀ ਦਾ ਪ੍ਰਤੀਕ ਹੈ ਸਾਰੇ ਨੂੰ ਦੇਖ ਕੇ ਨੱਚਦਾ ਕਿਉਂ ਨਾ ਵਜਾਉਣ ਵਾਲਾ ਵੀ ਨੱਚੇ ਵਰਲਡ ਫੇਮਸ ਜੋਗੀ ਬ੍ਰਦਰਸ ਇੰਟਰਨੈਸ਼ਨਲੀ ਫੇਮ ਇਹਨਾਂ ਨੇ ਖੱਟਿਆ ਜੀ ਤੇ ਆਪਣਾ ਬਾਈ ਤੁਸੀਂ ਦੱਸੋ ਫਿਰ ਕਿੱਦਾਂ ਮਤਲਬ ਤੁਹਾਡੇ ਗੁਰੂ ਫਿਰ ਜੱਗੀ ਬਾਈ ਹੋਏ ਹਾਂਜੀ ਫੈਮਿਲੀ ਕਿੱਦਾਂ ਮਤਲਬ ਆਪਣਾ ਤੁਹਾਡੀ ਜੁਆਇੰਟ ਫੈਮਿਲੀ ਆ ਜੁਆਇੰਟ ਫੈਮਿਲੀ ਹੈ ਜੀ ਤੇ ਚਲੋ ਮਾਲਕ ਤੁਸੀਂ ਵੀ ਦੁਆ ਕਰਿਓ ਸਾਰਿਆਂ ਤੋਂ ਅਸੀਂ ਇਹੀ ਹਮੇਸ਼ਾ ਉਮੀਦ ਰੱਖਦੇ ਹਾਂ ਵੀ ਦੁਆ ਕਰਨ ਵੀ ਅਸੀਂ ਦੋਨੇ ਭਰਾ ਤੇ ਸਾਡੀ ਪੂਰੀ ਫੈਮਿਲੀ ਹੈ ਜਿਹੜੀ ਜੁਆਇੰਟ ਹੈ ਤੇ ਉਹ ਅਸੀਂ ਇਦਾਂ ਹੀ ਰਹੀਏ ਬਿਲਕੁਲ ਤੇ ਸਾਨੂੰ ਸਾਰੇ ਕਲਾਕਾਰਾਂ ਤੋਂ ਹੀ ਸੁਣਨ ਨੂੰ ਮਿਲਦਾ ਵੀ ਇਹ ਨਾ ਰਾਮ ਲਕਸ਼ਮਣ ਦੀ ਜੋੜੀ ਹੈ ਆਏ ਹਾਏ ਇਹ ਆਪਣਾ ਕੀ ਕਹਿੰਦੇ ਲੱਕੀ ਬਾਈ ਦਾ ਨਾ ਹੁਣੇ ਹੁਣੇ ਗੀਤ ਵੀ ਆਇਆ ਹਾਂਜੀ ਬੇਬੇ ਦਾ ਜਵਾਈ ਦੇ ਹਾਂਜੀ ਤੇ ਮੁੱਲਾਪੁਰ ਚੱਜ ਰੌਣਕਾਂ ਲੱਗ ਰਹੀਆਂ ਨੇ ਬਾਈ ਆਉਣ ਤੋਂ ਵੜਦਾ ਫਿਰ ਬੇਬੇ ਦਾ ਜਵਾਈ ਦਿਲੋਂ ਪਿਆਰ ਕਰਦੀ ਜਾਂ ਟਾਈਮ ਪਾਸ ਨੀ ਆਮ ਜਿਹੇ ਬੰਦੇ ਸਮਝੇ ਜਾਂ ਖਾਸ ਨੀ ਦਿਲੋਂ ਪਿਆਰ ਕਰਦੀ ਜਾਂ ਟਾਈਮ ਪਾਸ ਨੀ ਆਮ ਜਿਹੇ ਬੰਦੇ ਸਮਝੇ ਜਾਂ ਖਾਸ ਨੀ ਕਿੱਥੇ ਕ ਸਟੇਟਸ ਤੂੰ ਕਰਦੀ ਏ ਸੈੱਟ ਸਾਡਾ ਕਿੱਥੇ ਕ ਸਟੇਟਸ ਤੂੰ ਕਰਦੀ ਏ ਸੈੱਟ ਸਾਡਾ ਦਿਲ ਚ ਕਿਤਾਰ ਨਾ ਬਣਾਈ ਦੱਸ ਜਾ ਮਿੱਤਰਾਂ ਦੀ ਛੜਿਆਂ ਚ ਹੋਊ ਗਿਣਤੀ ਜਾਂ ਬੇਬੇ ਦਾ ਬਣਾਏਗੀ ਜਵਾਈ ਦੱਸ ਜਾ ਮਿੱਤਰਾਂ ਦੀ ਛੜਿਆਂ ਚ ਹੋਊ ਗਿਣਤੀ ਜਾਂ ਬੇਬੇ ਦਾ ਬਣਾਏਗੀ ਜਵਾਈ ਦੱਸ ਜਾ ਓਏ ਹੋਏ ਵਾਹ ਜੀ ਵਾਹ ਵਾਹ ਜੀ ਵਾਹ ਕਿਆ ਸਟੇਜਿਸ ਤੇ ਤਾਂ ਭਾਜੀ ਤੁਸੀਂ ਬਹੁਤ ਪਰਫਾਰਮ ਕੀਤਾ ਹੋਣਾ ਸੋ ਅੱਜ ਮੋਟਰ ਤੇ ਪਰਫਾਰਮ ਕਰਕੇ ਪਹਿਲਾਂ ਵੀ ਕੀਤਾ ਕਦੇ ਮੋਟਰ ਤੇ ਪਰਫਾਰਮ ਹੈ ਤਾਂ ਨਹੀਂ ਜੀ ਅੱਜ ਤੁਹਾਡੇ ਨਾਲ ਹੀ ਕਰ ਰਹੇ ਹਾਂ ਫਸਟ ਟਾਈਮ ਆਲਰਾਈਟ ਲਿਖੇ ਅੱਜ ਲੇਖਾਂ ਵਿੱਚ ਓਏ ਕੁਝ ਮਿਲਦਾ ਮਿੱਤਰਾਂ ਦੀ ਮੋਟਰ ਤੇ ਤੇ ਮੋਟਰ ਪਤਾ ਨੀ ਕਿਹਦੀ ਆ ਪਰ ਹੈਗੀ ਪਿੰਡ ਵਾਲੇ ਦੀ ਹਾਂ ਮੋਟਰ ਕਿਹਦੀ ਆ ਪਰ ਅਸੀਂ ਬੜਾ ਇੰਜੋਏ ਕਰ ਰਹੇ ਹਾਂ ਸੋ ਜਿਹੜੀ ਬਾਈ ਦੀ ਮੋਟਰ ਆ ਜੀ ਸੋ ਧੰਨਵਾਦ ਜਿਨ੍ਹਾਂ ਨੇ ਮੋਟਰ ਇਸ ਜਗ੍ਹਾ ਤੇ ਬਣਾਈ ਹੈ ਦੋਵੇਂ ਪਾਸੇ ਦੀ ਰਾਹ ਸਾਹਮਣੇ ਬਾਈ ਕਿੰਨੀਆਂ ਕੰਟਰੀਜ਼ ਹੁਣ ਤੱਕ ਤੁਸੀਂ ਦੋਨੋਂ ਇਕੱਠੇ ਘੁੰਮ ਚੁੱਕੇ ਹੋ ਮਤਲਬ ਆਪਣੇ ਕਲਾ ਦੇ ਨਾਲ ਨਾਲ ਹੈ ਨਾ ਐਜ਼ ਅ ਟੋਲ ਪਲੇਅਰ ਜੀ ਜੀ ਮੈਂ ਇਸ ਤੋਂ ਪਹਿਲਾਂ ਥੋੜ੍ਹਾ ਸ਼ੁਰੂ ਕਰਤਾ ਸੀਗਾ ਜੀ ਹਾਂਜੀ ਮੈਂ ਵੀ 30-35 ਕੰਟਰੀਆਂ ਘੁੰਮ ਲਿਆ ਜੀ ਅੱਛਾ ਤੇ ਇਹ ਵੀ 10 ਕੰਟਰੀਆਂ ਮੇਰੇ ਨਾਲ ਘੁੰਮ ਲਿਆ ਜੀ ਇਸ ਤੋਂ ਬਾਅਦ ਹਾਂਜੀ ਜੀ ਵਧੀਆ ਤੁਹਾਡੇ ਦੁਆਵਾਂ ਦੇ ਨਾਲ ਜੀ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਚਲੋ ਅਸੀਂ ਐ ਨਹੀਂ ਕਹਿਣਾ ਚਾਹੁੰਦੇ ਵੀ ਅਸੀਂ ਬਹੁਤ ਸਾਰੀਆਂ ਕੰਟਰੀਆਂ 'ਚ ਘੁੰਮੇ ਹਾਂ ਸਾਡਾ ਕੰਮ ਆ ਕੰਮ ਜੋਬ ਹੈ ਉਹਦੇ ਹਿਸਾਬ ਨਾਲ ਜਾਣਾ ਪੈਂਦਾ ਜੀ ਤੇ ਜਾਣੀ ਕਿ ਤੁਹਾਡੇ ਅਸ਼ੀਰਵਾਦ ਨਾਲ ਸਾਰਿਆਂ ਦੇ ਅਸ਼ੀਰਵਾਦ ਨਾਲ ਬਹੁਤ ਸਾਰੀ ਜਗ੍ਹਾ ਜਾਣਾ ਪਿਆ ਕਿਆ ਬਾਤ ਹੈ ਤੇ ਮੈਨੂੰ ਹੁਣ ਇਹ ਦੱਸੋ ਵੀ ਸਭ ਤੋਂ ਜ਼ਿਆਦਾ ਕਿਹੜੇ ਗਾਣੇ 'ਤੇ ਢੋਲ ਪਲੇ ਕੀਤਾ ਹੈ ਨਾ ਮਤਲਬ ਕੋਈ ਇੱਕ ਹੁੰਦਾ ਨਾ ਗਾਣਾ ਵੀ ਜਿਹੜਾ ਜ਼ਬਾਨ 'ਤੇ ਚੜਿਆ ਹੁੰਦਾ ਕੋਈ ਬੋਲੀ ਹੋਵੇ ਕੋਈ ਗਾਣਾ ਹੋਵੇ ਕੋਈ ਕਲੀ ਹੋਵੇ ਕੋਈ ਵੀ ਮਤਲਬ ਕਿਹੜਾ ਗੀਤ ਹੈ ਜਿਹੜਾ ਇੱਦਾਂ ਦਾ ਤੁਹਾਡੇ ਜ਼ਿਹਨ 'ਚ ਆਉਂਦਾ ਹੀ ਹੈ ਇੱਧਰ ਨੂੰ ਆ ਜਾਓ ਥੋੜ੍ਹੀ ਧੁੱਪ ਵੀ ਹੋਰ ਆ ਦਸ਼ਕਾ ਮਾਰੂਗੀ ਹਾਂਜੀ ਢੋਲ ਦਾ ਤਕਰੀਬਨ ਜੀ ਮੈਨੂੰ ਬਹੁਤ ਸਾਰੇ ਗਾਣਿਆਂ 'ਤੇ ਮੈਨੂੰ ਪਲੇਅ ਕਰਨਾ ਵਧੀਆ ਲੱਗਦਾ ਸੀ ਪਹਿਲਾਂ ਜਿੱਦਾਂ ਮਾਨ ਸਾਹਿਬ ਜੀ ਦੇ ਗਾਣਿਆਂ 'ਤੇ ਗੁਰਦਾਸ ਮਾਨ ਸਾਹਿਬ ਸਾਡੇ ਬਾਬਾ ਜੀ ਉਹਨਾਂ ਦੇ ਗਾਣਿਆਂ 'ਤੇ ਬਹੁਤ ਸਾਰਾ ਢੋਲ ਪਲੇਅ ਕੀਤਾ ਹਾਂਜੀ ਅਤੇ ਕਾਫੀ ਗਾਣੇ ਉਹਨਾਂ ਦੇ ਵਧੀਆ ਅਤੇ ਫਿਰ ਆਲਮੋਸਟ ਮੈਂ ਇੱਕ ਕਿਸਮਤ ਵਾਲਾ ਆਪਣੇ ਆਪ ਨੂੰ ਸਮਝਦਾ ਕਿ ਮੈਨੂੰ ਹਰ ਇੱਕ ਪੰਜਾਬ ਦੇ ਸਿੰਗਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਓਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜੇ ਪਹਿਲਾਂ ਵਾਲੇ ਵੀ ਸਿੰਗਰ ਆ ਸਾਡੇ ਉਸਤਾਦ ਲੋਕ ਸਾਡੇ ਸਰਦੂਲ ਸਿਕੰਦਰ ਸਾਹਿਬ ਜੀ
ਉਹਨਾਂ ਦੇ ਚਰਨਾਂ ਦੀ ਵੀ ਸੇਵਾ ਕੀਤੀ ਆ ਤੇ ਉਹਨਾਂ ਦੇ ਘਰਾਣੇ ਦੇ ਸ਼ਾਗਿਰਦ ਵੀ ਆ ਜੀ ਅਸੀਂ ਅੱਛਾ ਜੀ ਤੇ ਹਾਂਜੀ ਤਾਂ ਕਰਕੇ ਸੁਰਜੀਤ ਬਿੰਦਰਖੀਆ ਸਾਹਿਬ ਹਾਂ ਤੇ ਬੱਬੂ ਭਾਅ ਜੀ ਤੇ ਸਾਰੇ ਜਿੰਨੇ ਜੈਜੀ ਭਾਅ ਜੀ ਸਲੀਮ ਭਾਅ ਜੀ ਫਿਰੋਜ਼ ਖਾਨ ਜੀ ਮਾਸ਼ਾਲੀ ਜੀ ਕੀ ਬਾਤ ਜੀ ਖਾਨ ਸਾਰਿਆਂ ਦੇ ਨਾਲ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਜਿੰਨੇ ਵੀ ਸੁਰੀਲੇ ਫਨਕਾਰ ਆ ਸਾਰਿਆਂ ਦੇ ਨਾਲ ਤੇ ਮੈਂ ਆਪਣੇ ਆਪ ਨੂੰ ਕਰਮ ਵਾਲਾ ਸਮਝਦਾ ਤੇ ਮੈਨੂੰ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਤੇ ਉਹ ਸਾਰੇ ਸਾਨੂੰ ਬਹੁਤ ਪਿਆਰ ਕਰਦੇ ਅਸੀਂ ਵੀ ਉਹਨਾਂ ਨੂੰ ਸਲੂਟ ਕਰਦੇ ਹਾਂ ਸੋਹਣਾ ਕੋਈ ਇਦਾਂ ਦੀ ਮੈਮਰੀ ਆਪਣਾ ਲੱਕੀ ਭਾਈ ਜਿਹੜੀ ਕਿ ਮਤਲਬ ਇੰਟਰਨੈਸ਼ਨਲ ਟੂਰ ਦੀ ਆਪਾਂ ਗੱਲ ਕਰ ਲਈ ਕਿ ਕੋਈ ਇਦਾਂ ਦੀ ਯਾਦ ਹੁੰਦੀ ਹੈ ਕਈ ਵਾਰ ਕੋਈ ਇਦਾਂ ਦਾ ਫੈਨ ਮਿਲਿਆ ਹੁੰਦਾ ਕੋਈ ਬਜ਼ੁਰਗ ਕੋਈ ਬੱਚਾ ਜਾਂ ਐਕਸਪੈਕਟ ਨਹੀਂ ਕੀਤਾ ਹੁੰਦਾ ਕਿ ਯਾਰ ਅੱਛਾ ਇਹ ਵੀ ਸਾਡਾ ਫੈਨ ਹੋ ਸਕਦਾ ਇੱਕ ਵਾਰ ਮੈਂ ਇੰਗਲੈਂਡ ਦੇ ਵਿੱਚ ਟੂਰ ਪਲੇ ਕਰ ਰਿਹਾ ਸੀਗਾ ਜੀ ਤੇ ਸਾਡੇ ਬਹੁਤ ਅੱਛੇ ਫਰੈਂਡ ਆ ਸਾਡੇ ਜਸਕਰਨ ਵੀਰਾ ਜੀ ਤੇ ਸਾਡੇ ਪ੍ਰਤਾਪ ਭਾਅ ਜੀ ਪ੍ਰਮੋਟਰ ਸਾਹਿਬ ਤੇ ਬੁਲਟ ਭਾਅ ਜੀ ਅੱਛਾ ਜੀ ਤੇ ਸਾਡੇ ਵੱਡੇ ਭਰਾ ਨੇ ਤੇ ਸਾਨੂੰ ਬੜਾ ਪਿਆਰ ਸਤਿਕਾਰ ਮਿਲਦਾ ਜਦੋਂ ਵੀ ਅਸੀਂ ਜਾਂਦੇ ਹਾਂ ਸਾਨੂੰ ਬੜਾ ਪਿਆਰ ਮਿਲਦਾ ਉਹਨਾਂ ਦੇ ਮੇਲੇ ਦੇ ਮੈਂ ਢੋਲ ਪਲੇ ਕਰ ਰਿਹਾ ਜੀ ਤੇ ਉੱਥੇ 70-70 ਸਾਲ ਦੇ ਬਜ਼ੁਰਗ ਵੀ ਜਿਹੜੇ ਬਜ਼ੁਰਗ ਵੀ ਆ ਜਵਾਨ ਵੀ ਆ ਸਾਰਿਆਂ ਨੇ ਮੈਨੂੰ ਬਹੁਤ ਲਾਈਕ ਕੀਤਾ ਜਦੋਂ ਬਜ਼ੁਰਗ ਔਰਤਾਂ ਨੇ ਆ ਕੇ ਮੇਰੇ ਹੱਥ ਚੁੰਮੇ ਉਹਨਾਂ ਨੇ ਮੇਰਾ ਮੱਥਾ ਚੁੰਮਿਆ ਕਿਹਾ ਪੁੱਤ ਤੂੰ ਬੜਾ ਕਮਾਲ ਵਜਾਉਣਾ ਤੂੰ ਬਹੁਤ ਕਮਾਲ ਵਜਾਉਣਾ ਸੀ ਤੇਰੇ ਵਰਗਾ ਬੰਦਾ ਨਹੀਂ ਦੇਖਿਆ ਪਹਿਲਾਂ ਇੰਨੀ ਐਨਰਜੀ ਸਿੰਗਰ ਨੂੰ ਤਾਂ ਅਸੀਂ ਦੇਖਿਆ ਹੀ ਨਹੀਂ ਅਸੀਂ ਤੈਨੂੰ ਦੇਖਦੇ ਰਹੇ ਅੱਛਾ ਜੀ ਵੀ ਤੈਂ ਸਾਡਾ ਦਿਲ ਜਿੱਤ ਲਿਆ ਬਾਈ ਮੇਰਾ ਟੂਰ ਪਲੇ ਕਰ ਰਿਹਾ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਇਹ ਖੁਸ਼ੀ ਉਹੀ ਬੰਦਾ ਸਮਝ ਸਕਦਾ ਜਿਹਨੂੰ ਸ਼ਿੱਦਤ ਨਾਲ ਕਿਸੇ ਵੀ ਇੰਸਟਰੂਮੈਂਟ ਨਾਲ ਪਿਆਰ ਹੁੰਦਾ ਸੋ ਮੈਨੂੰ ਢੋਲ ਨਾਲ ਬਾਈ ਉਹਨਾਂ ਵਾਂਗੂ ਬਹੁਤ ਪਿਆਰ ਹੈ ਪਰ ਪਲੇ ਨਹੀਂ ਕਰ ਸਕਦਾ ਪਰ ਬਾਈ ਮੇਰਾ ਢੋਲ ਪਲੇ ਕਰ ਰਿਹਾ ਅੱਜ ਜੱਗੀ ਬਾਈ ਉਹਨੇ ਹੈ ਨਾ ਸੋਰੀ ਇਹ ਢੋਲ ਨੂੰ ਅਸੀਂ ਜ਼ਿਆਦਾ ਸੁਰ ਨਹੀਂ ਕਰ ਸਕਦੇ ਕਿਉਂਕਿ ਇਹ ਬਹੁਤ ਪੁਰਾਣਾ ਹਾਂਜੀ ਹਾਂ ਹੋ ਚੁੱਕੇ ਇਹਦੀਆਂ ਤਾਲਾਂ ਵੀ ਥੋੜ੍ਹੀਆਂ ਖਰਾਬ ਹੋ ਗਈਆਂ ਰੱਸੀ ਢਿੱਲੀ ਹੋ ਗਈ ਸੋ ਵੀਰੇ ਨੂੰ ਦੁਬਾਰਾ ਤੋਂ ਇਹ ਢੋਲ ਰੈਡੀ ਕਰਕੇ ਦੇਵਾਂਗੇ ਅਸੀਂ ਰਾਈਟ ਆਪਣੇ ਵੱਲੋਂ ਗਿਫਟ ਦੇਵਾਂਗੇ ਕੀ ਬਾਤ ਹੈ ਭਾਈ ਥੈਂਕ ਯੂ ਸੋ ਮੱਚ ਭਾਈ ਸੋ ਨਾਈਸ ਆਫ ਯੂ ਖੋਲ ਕੇ ਤੂੰ ਤੇ ਬਾਈ ਹੁਣ ਮੈਨੂੰ ਇਹ ਢੋਲ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਹੈ ਨਾ ਮੈਨੂੰ ਕਲੈਰਿਟੀ ਵਿੱਚ ਦੱਸੋ ਵੀ ਢੋਲ ਦੀ ਜਿੱਦਾਂ ਖੁਰਾਕ ਤੁਸੀਂ ਗੱਲ ਕਰਦੇ ਪਏ ਸੀਗੇ ਸਾਡੇ ਢੋਲ ਦੀ ਖੁਰਾਕ ਇਹ ਹੁੰਦੀ ਹੈ ਜੀ ਜਿੱਦਾਂ ਤਿਲਾਂ ਦਾ ਤੇਲ ਔਰ ਜੈਫਲ ਔਰ ਲੌਂਗ ਇਹਨਾਂ ਨੂੰ ਮਿਕਸ ਕਰਕੇ ਨਾ ਇੱਕ ਪਾਊਡਰ ਬਣਾ ਕੇ ਇਹਨਾਂ ਦਾ ਇਹਨਾਂ ਨੂੰ ਤਿਲਾਂ ਦੇ ਤੇਲ 'ਚ ਮਿਲਾ ਕੇ ਅੰਦਰ ਢੋਲ ਦੇ ਵਿੱਚ ਲੇਪ ਕੀਤਾ ਜਾਂਦਾ ਧੁੱਪ 'ਚ ਰੱਖਿਆ ਜਾਂਦਾ ਇਹ ਕਾਫੀ ਦਿਨ ਇਹਨੂੰ ਧੁੱਪ 'ਚ ਰੱਖਣਾ ਪੈਂਦਾ ਫਿਰ ਜਿਹੜਾ ਤੇਲ ਹੁੰਦਾ ਵਿੱਚ ਰੱਜ ਜਾਂਦਾ ਚੰਗੀ ਤਰ੍ਹਾਂ ਤੇ ਫਿਰ ਇਹਦੀ ਟੋਨ ਹੈ ਜਿਹੜੀ ਬਹੁਤ ਸੁਰੀਲੀ ਬਣ ਜਾਂਦੀ ਹੈ ਅਤੇ ਧਮਕ ਜ਼ਿਆਦਾ ਹੁੰਦੀ ਹੈ ਸਹੀ ਹੁੰਦਾ ਜਿੱਦਾਂ ਇਹ ਮੈਂ ਦੱਸ ਰਿਹਾ ਸੀਗਾ ਵੀ ਜਿਵੇਂ ਭਲਵਾਨਾਂ ਨੂੰ ਜੋਸ਼ ਦੇਣ ਲਈ ਢੋਲ ਜਿੱਦਾਂ ਉਹਨਾਂ ਨੂੰ ਖੁਰਾਕ ਖਾਣੀ ਪੈਂਦੀ ਹੈ ਦੇਸੀ ਘਿਓ ਪੀਣਾ ਪੈਂਦਾ ਇੱਦਾਂ ਹੀ ਢੋਲ ਨੂੰ ਵੀ ਪਿਲਾਉਣਾ ਪੈਂਦਾ ਫਿਰ ਇਹ ਬੜਕ ਮਾਰਦਾ ਲੱਕੀ ਬਾਈ ਮੇਰਾ ਇੱਕ ਡਗਾ ਸੀਗਾ ਹੈ ਨਾ ਦਿਖਾਉਣਾ ਤਾਂ ਆਹ ਸੀਗਾ ਜੀ ਮੇਰੇ ਢੋਲ ਦਾ ਡਗਾ ਜਿਹੜਾ ਕਿ ਮੈਂ ਮਤਲਬ 8-10 ਸਾਲ ਹੋ ਗਏ ਉਦੋਂ ਪਰਚੇਜ਼ ਕੀਤਾ ਸੀ ਇਹਦੀ ਕੀ ਰਿਪੋਰਟ ਆ ਜੀ ਮਤਲਬ ਤੁਸੀਂ ਦੱਸ ਰਹੇ ਸੀ ਆਹ ਡਗੇ ਦੂਜੇ ਜਾਂ ਬਹੁਤ ਬੈਟਰ ਨੇ ਇਹ ਹਾਂਜੀ 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 ਇਹ ਇਹਨਾਂ ਦਾ ਇਹਦਾ ਫਰਕ ਕੀ ਹੈ ਜੀ ਇਹ ਹੁੰਦਾ ਰੈਡੀਮੇਡ ਡਗਾ ਓਕੇ ਇਹ ਬਣਾਇਆ ਜਾਂਦਾ ਲੱਕੜ ਦਾ ਠੀਕ ਹੈ ਅਤੇ ਜਦੋਂ ਇਹਦਾ ਕਈ ਵਾਰ ਆਪਾਂ ਅੱਗੇ ਇਹਦੇ ਢੋਲ ਦੇ ਵਿਚਲੇ ਪਾਸੇ ਵਜਾਉਂਦੇ ਹਾਂ ਤਾਂ ਸਹੀ ਹੁੰਦਾ ਜੇ ਕਈ ਵਾਰ ਇੱਥੇ ਵੱਜ ਗਿਆ ਤਾਂ ਟੁੱਟ ਜਾਂਦਾ ਅਤੇ ਇਹ ਡਗਾ ਹੁੰਦਾ ਜੀ ਕਾਓ ਦੀ ਲੱਕੜ ਆ ਇਹ ਪਹਾੜਾਂ ਦੇ ਵਿੱਚ ਹੁੰਦੀ ਹੈ ਜੀ ਇਹਨੂੰ ਲਿਆ ਕੇ ਤਿਆਰ ਕੀਤਾ ਜਾਂਦਾ ਘਰ ਆਪ ਆਪਣੇ ਹੱਥ ਨਾਲ ਤਿਆਰ ਕਰਦੇ ਹਾਂ ਜੀ ਇਹਨੂੰ ਸਫਾਈ ਕਰਕੇ ਫਿਰ ਇਹ ਹੁੰਦਾ ਸਿੱਧਾ ਬਿਲਕੁਲ ਫਿਰ ਇਹਨੂੰ ਅੱਗ ਦੇ ਉੱਪਰ ਨਾ ਇੱਦਾਂ ਕਰਕੇ ਇਹਨੂੰ ਮੋੜਿਆ ਜਾਂਦਾ ਬੈਂਡ ਕਰਦੇ ਹਾਂ ਅਤੇ ਫਿਰ ਇਹ ਡਗੇ ਦੀ ਸ਼ੇਪ ਇੱਦਾਂ ਬਣ ਜਾਂਦੀ ਹੈ ਅਤੇ ਇਹ ਡਗੇ ਦੀ ਕੁਆਲਿਟੀ ਇਹ ਹੈ ਜੀ ਇਹ ਡਗਾ ਟੁੱਟਦਾ ਨਹੀਂ ਘਿਸਦਾ ਰਹਿੰਦਾ ਘਿਸ ਕੇ ਇੱਦਾਂ ਉਹਦੇ ਘਿਸੀ ਜਾਊਗਾ ਪਰ ਟੁੱਟੂਗਾ ਨਹੀਂ ਆਹ ਦੇਖੋ ਇੱਥੇ ਤੁਸੀਂ ਦੇਖਿਓ ਨਾ ਆਹ ਨਿਸ਼ਾਨ ਹੈ ਨਾ ਹਾਂਜੀ ਹਾਂ 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 ਇੱਦਾਂ ਨਹੀਂ ਘਿਸਦਾ ਰਹਿਣਾ ਪਰ ਟੁੱਟਣਾ ਨਹੀਂ ਅੱਛਾ ਅਤੇ ਬਹੁਤ ਪੱਕਾ ਔਰ ਬਹੁਤ ਵਧੀਆ ਇਹਦਾ ਇਹਦੀ ਪਕੜ ਔਰ ਬੈਲੈਂਸ ਬਹੁਤ ਵਧੀਆ ਕਰਕੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਸਾਰਿਆਂ ਨੂੰ ਗੁਰਜੀਤ ਜੀ ਵੀ ਤੁਸੀਂ ਨਸ਼ਿਆਂ ਨੂੰ ਤਿਆਗੋ ਅਤੇ ਮਿਊਜ਼ਿਕ ਨੂੰ ਅਪਣਾਓ ਸੁਰ ਦੀ ਸਾਂਝ ਪਰਮੇਸ਼ੁਰ ਨਾਲ ਆ ਜਿਹੜਾ ਸੁਰ ਹੈ ਜਦੋਂ ਵੀ ਬਾਬਾ ਨਾਨਕ ਜੀ ਆਪਣੇ ਮਹਾਰਾਜ ਜੀ ਨੇ ਜਦੋਂ ਵੀ ਗੁਰਬਾਣੀ ਲਿਖੀ ਤਾਂ ਉਹ ਇੱਦਾਂ ਕਹਿੰਦੇ ਸੀ ਮਰਦਾਨਿਆਂ ਛੇੜ ਰਵਾਬ ਤੁਰਕੀ ਬਾਣੀ ਆਈ ਆ ਜਿਹੜੀ ਗੁਰਬਾਣੀ ਹੈ ਮਹਾਰਾਜ ਆ ਉਹ ਵੀ ਉਹਨੂੰ ਵੀ ਆਪਾਂ ਨੇ
ਰਾਗਾਂ 'ਚ ਲਿਖਿਆ ਗਿਆ ਗੁਰਬਾਣੀ ਵੀ ਉਹ ਪਰਮੇਸ਼ਵਰ ਦੀ ਸਾਂਝ ਆ ਜਿਹੜੀ ਸੁਰ ਦੇ ਨਾਲ ਹੈ ਸਹੀ ਗੱਲ ਜਦੋਂ ਆਪਾਂ ਸੁਰ ਨੂੰ ਪਿਆਰ ਕਰਦੇ ਹਾਂ ਸੁਰ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਮੈਡੀਟੇਸ਼ਨ ਹੈ ਅਤੇ ਉਹ ਬੰਦਾ ਆਪਣੇ ਆਪ ਮਾੜੇ ਕੰਮਾਂ ਤੋਂ ਦੂਰ ਹੋ ਜਾਂਦਾ ਅਤੇ ਜਦੋਂ ਆਪਾਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਹਾਂ ਆਪਾਂ ਮਿਊਜ਼ਿਕ ਲਾਉਂਦੇ ਆਪਾਂ ਸੁਣਦੇ ਹਾਂ ਆਨੰਦ ਮਿਲਦਾ ਕੀਰਤਨ ਲਾਉਂਦੇ ਆਪਾਂ ਨੂੰ ਆਨੰਦ ਮਿਲਦਾ ਅਤੇ ਅਸੀਂ ਇਹੀ ਕਹਿੰਦੇ ਵੀ ਤੁਸੀਂ ਨਸ਼ਿਆਂ ਨੂੰ ਤਿਆਗ ਦਿਉ ਔਰ ਤੁਸੀਂ ਮਿਊਜ਼ਿਕ 'ਚ ਆਓ ਇੰਸਟਰੂਮੈਂਟ ਰੱਖੋ ਕੋਈ ਵੀ ਕੀਬੋਰਡ ਵਜਾਓ ਤੁਸੀਂ ਹਾਰਮੋਨੀਅਮ ਵਜਾਓ ਤੁਸੀਂ ਸਰੰਗੀ ਵਜਾਓ ਤੁਸੀਂ ਢੋਲ ਪਲੇ ਕਰੋ ਢੋਲ ਖੁਸ਼ੀ ਦਾ ਪ੍ਰਤੀਕ ਆ ਤੁਸੀਂ ਸਾਰੇ ਢੋਲ ਨੂੰ ਤੁਸੀਂ ਅਪਣਾਓ ਦੇਖੋ ਢੋਲ ਵਜਾ ਕੇ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਹੈ ਢੋਲ ਸੁਣ ਕੇ ਜਦੋਂ ਮਿਲਦੀ ਹੈ ਵਜਾਉਣ ਨਾਲ ਤਾਂ ਫਿਰ ਬਹੁਤ ਹੀ ਖੁਸ਼ੀ ਮਿਲਦੀ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਆ ਜਾਓ ਤੁਹਾਡੀ ਮੋਟਰ ਤੇ ਅਸੀਂ ਆਨੰਦ ਲੈ ਰਹੇ ਹਾਂ ਸੋ ਸਾਨੂੰ ਫਾਈਨਲੀ ਜੀ ਬਾਈ ਜਿਨ੍ਹਾਂ ਦੀ ਮੋਟਰ ਉਹ ਮਿਲ ਗਏ ਨੇ ਇੱਥੇ ਸੋ ਸਾਬਕਾ ਸਰਪੰਚ ਸਾਹਿਬ ਤਰਲੋਚਨ ਸਿੰਘ ਜੀ ਸਾਡੇ ਭਾਜੀ ਹੈ ਸਾਡੇ ਬਹੁਤ ਪਿਆਰ ਸਤਿਕਾਰ ਇਹਨਾਂ ਨਾਲ ਸਾਡਾ ਹੌਸਲਾ ਦਿੰਦੇ ਸਾਡੇ ਜੀ ਸਾਊ ਇਹ ਬਹੁਤ ਇਹਨਾਂ ਨੇ ਜਿੰਨੇ ਜਿੱਦੇ ਚੱਲੇ ਕੋਈ ਇਹਨਾਂ ਦਾ ਲਾਂਬਾ ਨਹੀਂ ਸਾਨੂੰ ਪੰਜ ਸੱਤ ਪਿੰਡਾਂ ਨੂੰ ਸਹੀ ਗੱਲ ਨਹੀਂ ਸਾਡੇ ਦੂਰ ਹਰੇਕ ਬੰਦੇ ਨਾਲ ਪਿਆਰ ਨਾਲ ਖੜ ਕੇ ਮਿਲ ਕੇ ਜਾਂਦੇ ਨੇ ਕੋਈ ਹੰਕਾਰ ਨਹੀਂ ਪਹਿਲੀ ਗੱਲ ਦੇਖੋ ਕਿਆ ਬਾਤ ਹੈ ਬਹੁਤ ਜਣੇ ਮੁੰਡੇ ਸਾਡੇ ਇਲਾਕੇ ਦਾ ਨਾਮ ਕੱਢੇ ਨੇ ਜੀ ਕਿਆ ਬਾਤ ਹੈ ਤੇ ਮੈਂ ਹੱਸੀ ਆਵ ਲਾ ਕੇ ਲੰਘਣਾ ਇਹ ਗੱਲਾਂ ਵਧੀਆ ਹੀ ਹੁੰਦੀਆਂ ਜੀ ਇਨਸਾਨ ਕੋਲ ਪੈਸੇ ਦਾ ਹਰੇਕ ਕੋਲ ਹੁੰਦਾ ਬਹੁਤਾ ਜ਼ਿਆਦਾ ਉਹਦਾ ਫਾਇਦਾ ਜਗ੍ਹਾ ਪਿਆਰ ਮਿਲਣ ਵਰਤਣ ਨਾਲ ਗੰਦਾ ਚੱਲਦਾ ਉਹਦੇ ਨਾਲ ਫਾਇਦਾ ਜੀ ਸਭ ਨੂੰ ਵਾਕਈ ਵਾਕਈ ਸਹੀ ਗੱਲ ਹੈ ਬਾਕੀ ਤਾਂ ਆਪਣੇ ਵਾਸਤੇ ਹੋਰ ਜੀਰੀ ਤਕੜੀ ਆ ਜੀਰੀ ਇੱਕ ਨੰਬਰ ਹੀ ਆ ਗਈ ਆਪਣੀ ਕਿਆ ਸਰਪੰਚ ਸਾਹਿਬ ਨਾਲ ਵੀ ਅੱਜ ਗੱਲਬਾਤ ਹੋ ਗਈ ਇੱਥੇ ਖੜੇ ਖੜੇ ਆਪਾਂ ਮੋਟਰ ਤੇ ਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੀ ਸੀਗੀ ਪਰ ਗੱਲ ਬਣੀ ਨਹੀਂ ਤਾਂ ਅੱਜ ਇੱਥੇ ਪਰ ਚੰਗਾ ਲੱਗਿਆ ਕਿ ਇਹ ਵੀ ਆ ਗਏ ਤੇ ਇਹਨਾਂ ਨੇ ਆਪਣੀਆਂ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕਰੀਆਂ ਥੈਂਕ ਯੂ ਸੋ ਮਚ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਲੌਕਡਾਊਨ 'ਚ ਇਹ ਚੀਜ਼ ਬਹੁਤ ਆਪਾਂ ਮਿਸ ਕਰ ਰਹੇ ਹਾਂ ਨਾ ਸਾਰੀ ਰੋਣਾ ਰੱਪਾ ਅਨਾਊਂਸਮੈਂਟ ਹੋਵੇ ਦੇ ਯੂ ਗੋ ਜੱਗੀ ਬਾਈ ਐਂਡ ਲੱਕੀ ਬਾਈ ਔਨ ਦਾ ਸਟੇਜ ਸੋ ਲੱਕੀ ਬਾਈ ਦਾ ਜਿਹੜਾ ਸ਼ੋਅ ਤੁਸੀਂ ਦੇਖ ਰਹੇ ਹੋ ਜੀ ਆਪਾਂ ਇੱਥੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਫਿਲਹਾਲ ਯੂਟਿਊਬ 'ਤੇ ਦੇਖ ਰਹੇ ਹਾਂ ਕਿਉਂਕਿ ਲੱਕੀ ਬਾਈ ਹੁਣ ਫੁੱਲ ਫਲੈਜ ਪ੍ਰੋਫੈਸ਼ਨਲ ਸਿੰਗਰ ਦੇ ਤੌਰ 'ਤੇ ਮਾਰਕੀਟ 'ਚ ਆ ਚੁੱਕੇ ਨੇ ਆਪਣੇ ਡੈਬਿਊ ਸੌਂਗ ਬੇਬੇ ਦਾ ਜਵਾਈ ਦੇ ਨਾਲ ਅਸੀਂ ਭਾਅ ਜੀ ਬਸ ਹੁਣ ਗਾਣੇ ਤਿਆਰ ਕਰੀ ਜਾ ਰਹੇ ਹਾਂ ਅਤੇ ਆਹ ਗਾਣੇ ਨੂੰ ਬਹੁਤ ਸਾਰਾ ਪਿਆਰ ਮਿਲਿਆ ਬੇਬੇ ਦੇ ਜਵਾਈ ਅਤੇ ਪਰ ਸਾਨੂੰ ਬਹੁਤ ਐਪਰੀਸ਼ੀਏਟ ਕੀਤਾ ਸੀ ਬਹੁਤ ਸਾਰੇ ਸ਼ੋਅ ਗਾਣਾ ਆਉਣ ਤੋਂ ਪਹਿਲਾਂ ਹੀ ਕਰ ਚੁੱਕੇ ਹਾਂ ਅਤੇ ਫੋਰਨ ਦੇ ਸ਼ੋਅ ਵੀ ਲੱਕੀ ਕਰ ਚੁੱਕੇ ਹੈ ਅਤੇ ਕਾਫੀ ਕੰਟਰੀਆਂ ਗਿਆ ਗਾਉਣ ਦੇ ਲਈ ਅਤੇ ਹੁਣ ਹਾਲ ਹੀ ਪਿੱਛੇ ਜੇ ਫਿਰੋਜ਼ ਖਾਨ ਸਾਹਿਬ ਸਾਡੇ ਬੜੇ ਸੁਰੀਲੇ ਸਾਡੇ ਵੱਡੇ ਭਰਾ ਉਹਨਾਂ ਦੇ ਨਾਲ ਇੱਕ ਸ਼ੋਅ ਸੀਗਾ ਲੱਕੀ ਦਾ ਦੁਬਈ ਅੱਛਾ ਜੀ ਇਹ ਕਲੱਬ ਦਾ ਸ਼ੋਅ ਸੀਗਾ ਤੇ ਸਾਡੇ ਲਈ ਬਹੁਤ ਵੱਡੇ ਮਾਣ ਦੀ ਗੱਲ ਆ ਵੀ ਐਡੇ ਸੁਰੀਲੇ ਫਨਕਾਰ ਦੇ ਨਾਲ ਇਹਨੂੰ ਗਾਉਣ ਦਾ ਮੌਕਾ ਮਿਲਿਆ ਕੀ ਬਾਤ ਹੈ ਅਸੀਂ ਉਹਨਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਅਸੀਂ ਵੀ ਉਹਨਾਂ ਦੇ ਬਹੁਤ ਬਿਗ ਫੈਨ ਸੋ ਹੁਣੇ ਹੁਣੇ ਤਾਜ਼ਾ ਤਾਜ਼ਾ ਲੱਕੀ ਬਾਈ ਦਾ ਇੱਕ ਹੋਰ ਫੈਨ ਬਣਿਆ ਜੀ ਉਹਨਾਂ ਦੀ ਗੋਦੀ 'ਚ ਜੀ ਹੈ ਤਾਂ ਆਹ ਦੇਖੋ ਓਏ ਮਿਨੀਅਨ ਬਾਈ ਸੋ ਕਲਾਕਾਰ ਏਦਾਂ ਹੁੰਦੇ ਜੀ ਦੇਖ ਲਓ ਤੁਸੀਂ ਐ ਸੁੱਤੇ ਪਏ ਨੂੰ ਜਗਾ ਦਿੰਦੇ ਆ ਆਖਾਂ ਜੀ ਗੱਡੀ ਬੈਠਾ ਸੀ ਕਰਦਾ ਇੱਕ ਹੋਰ ਓਏ ਹੋਏ 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 ਦੋ ਦੋ ਫੈਨ ਨਵੇਂ ਨਵੇਂ ਬਾਈ ਦੇ ਹੈ ਦੋ ਦੋ ਨਵੇਂ ਨਵੇਂ ਫੈਨ ਬਣ ਗਏ ਬਾਈ ਇਹਨਾਂ ਨੂੰ ਕੋਈ ਗਾਣਾ ਸੁਣਾ ਦਿਓ ਵਧੀਆ ਜਿਹਾ ਮਿੱਠਾ ਜਿਹਾ ਹੈ ਨਾ ਆਣ ਦਿਓ ਇਹਨਾਂ ਦੇ ਲਈ ਸਪੈਸ਼ਲੀ ਇਸ਼ਕ ਨਾ ਕੀਤਾ ਅਸੀਂ ਹੋਇਆ ਤੇਰੇ ਨਾਲ ਦੇ ਇਸ਼ਕ ਨਾ ਕੀਤਾ ਅਸੀਂ ਇੱਕ ਹੱਥੇ ਵਿਹਲਾ ਨਹੀਂ ਮੈਂ ਤਾੜੀਆਂ ਬਹੁਤ ਮਾਰਨੀਆਂ ਸੀਗੀਆਂ ਸੱਚੀ ਦੱਸਾਂ ਜੀ ਦਿਲੋਂ ਸਵਾਦ ਆ ਗਿਆ ਰਾਤਾਂ ਮਤਲਬ ਨਜ਼ਾਰੇਦਾਰ ਗੱਲਬਾਤ ਹੋ ਗਈ ਹੈ ਨਾ
ਮੈਂ ਨਾ ਹੁਣ ਤੁਹਾਨੂੰ ਫੋਨ ਕਰ ਲਿਆ ਕਰਨਾ ਕਿਉਂਕਿ ਕਾਪੀਰਾਈਟ ਦੇ ਇਸ਼ੂ ਪੈਂਦੇ ਹੋਰ ਗਾਣੇ ਲਾਉਣ ਨੂੰ ਮੈਂ ਕਹਿਣਾ ਬਾਈ ਤੁਸੀਂ ਮੈਨੂੰ ਗਾਣੇ ਸੁਣਾਈ ਜਾਓ ਆਪਾਂ ਟਰੈਵਲ ਕਰੀ ਜਾਇਆ ਕਰਨਾ ਬਟ ਦਿਲੋਂ ਦੁਆਵਾਂ ਇੱਕ ਵਾਰ ਫਿਰ ਤੋਂ ਸੋ ਆਈ ਵੁੱਡ ਰਿਕੁਐਸਟ ਜਿਹੜੇ ਵੀ ਸਾਡਾ ਵਲੋਗ ਦੇਖ ਰਹੇ ਨੇ ਗੇੜੀ ਵਿਦ ਗੁਰਜੀਤ ਸੋ ਬਾਈ ਦੇ ਗੀਤਾਂ ਨੂੰ ਪਿਆਰ ਦਿਓ ਬਹੁਤ ਮਿਹਨਤੀ ਨੇ ਬਾਈ ਹੋਰੀ ਦਿਲੋਂ ਮੈਂ ਬਹੁਤ ਰਿਸਪੈਕਟ ਕਰਦਾ ਜੀ ਥੈਂਕ ਯੂ ਸੋ ਮਚ ਸਾਰਿਆਂ ਦਾ ਜਿਹੜੇ ਵੀ ਗੇੜੀ ਵਿਦ ਗੁਰਜੀਤ ਦੇਖ ਰਿਹਾ ਸਾਡੇ ਵਲੋਗ ਨੂੰ ਅਸੀਂ ਸਾਰਿਆਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਔਰ ਭਾਅ ਜੀ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਅੱਜ ਸਾਨੂੰ ਮਿਲਣ ਲਈ ਆਏ ਆ ਅਤੇ ਅਸੀਂ ਇਹਨਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਦੇ ਬਹੁਤ ਵੱਡੇ ਫੈਨ ਵੀ ਇਹਨਾਂ ਦੇ ਛੋਟੇ ਜਿਹੇ ਪਿੰਡ ਅਤੇ ਤੁਸੀਂ ਸਾਰੇ ਫਤਿਹਗੜ੍ਹ ਸਾਹਿਬ ਪਿੰਡ ਮੁੱਲਾਂਪੁਰ ਹੈ ਸਾਡਾ ਜੀ ਹਾਂਜੀ ਸੋ ਸਾਡੇ ਪਿੰਡ ਦੇ ਲਈ ਬੜੀ ਖੁਸ਼ੀ ਦੀ ਗੱਲ ਆ ਸਾਡੇ ਸਾਰਿਆਂ ਲਈ ਸਾਡੇ ਵਾਸਤੇ ਤਾਂ ਹੀ ਹਾਂਜੀ ਅਤੇ ਸਾਡੇ ਪਿੰਡ ਆਇਆ ਭਾਅ ਜੀ ਬੜੀ ਖੁਸ਼ੀ ਦੀ ਗੱਲ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਆ ਭਾਅ ਜੀ ਸਾਡੇ ਪਿੰਡ ਛੋਟਾ ਜਿਹਾ ਪਿੰਡ ਆ ਜੀ ਸਾਡਾ ਮੁੱਲਾਂਪੁਰ ਨਹੀਂ ਛੋਟਾ ਨਹੀਂ ਤੇਰੇ ਬਹੁਤ ਸੋਹਣਾ ਪਿੰਡ ਹੈ ਹਾਂਜੀ ਛੋਟਾ ਨਹੀਂ ਹੈਗਾ ਬਹੁਤ ਸੋਹਣਾ ਪਿੰਡ ਆ ਮੈਂ ਤੁਹਾਨੂੰ ਕਿਹਾ ਸੀਗਾ ਕਿ ਹੁਣ ਆਪਾਂ ਮੈਂ ਹੁਣ ਬਾਈ ਇਹਨਾਂ ਨੂੰ ਡਰੋਪ ਕਰਨ ਜਾਣਾ ਇਹਨਾਂ ਦੇ ਘਰੇ ਕਿ ਮੈਂ ਜਾਂਦਿਆਂ ਤੁਹਾਨੂੰ ਵਿਊ ਦਿਖਾਉਣਾ ਤੁਸੀਂ ਆਪ ਸੋਚੋਗੇ ਜਿੱਦਾਂ ਫੁੱਲ ਬੂਟੇ ਲਾਏ ਹੋਏ ਨੇ ਪਿੰਡ ਦੀ ਪੰਚਾਇਤ ਨੇ ਜਾਂ ਜੋ ਵੀ ਉੱਥੇ ਮਤਲਬ ਮੁੰਡਿਆਂ ਨੇ ਰਲ ਮਿਲ ਕੇ ਲਾਏ ਨੇ ਸਾਰਿਆਂ ਨੇ ਹਨਾ ਸੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਅਤੇ ਆਓ ਜੀ ਬਾਈ ਉਹਨਾਂ ਦੇ ਘਰ ਡਰੋਪ ਕਰਦੇ ਨਾਲੇ ਬਾਈ ਉਹਨਾਂ ਨੂੰ ਜੀ ਤਾਂ ਨਹੀਂ ਕਰ ਰਿਹਾ ਹੈਗਾ ਪਰ ਫਿਰ ਜੇ ਨਹੀਂ ਇਹਨਾਂ ਨੂੰ ਡਰੋਪ ਕੀਤਾ ਇਹਨਾਂ ਦੇ ਘਰਦੇ ਨੇ ਵੀ ਗਾਲਾਂ ਕੱਢਣੀਆਂ ਮੇਰੇ ਘਰਦੇ ਨੇ ਵੀ ਗਾਲਾਂ ਕੱਢਣੀਆਂ ਸੋ ਗੱਲ ਗਾਲਾਂ ਦੀ ਅਸਲ 'ਚ ਗੱਲਾਂ ਦਾ ਬਹੁਤ ਕਰੀ ਜਾਂਦੇ ਆਪਾਂ ਚਾਹ ਦੇਖੋ ਜੀ ਦੁਬਾਰਾ ਚੱਲ ਰਹੀ ਹੈ ਹਾਏ ਹਾਏ ਅੱਛਾ ਜੀ ਅਸੀਂ ਨਾ ਜੀ ਭਾਬੀ ਜੀ ਉਹਨਾਂ ਦੇ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਸਾਡੇ ਲਈ ਚਾਹ ਬਣਾ ਕੇ ਭੇਜੀ ਕਿਆ ਬਾਤ ਹੈ ਥੈਂਕ ਯੂ ਸੋ ਮਚ ਬਹੁਤ ਟੇਸਟੀ ਚਾਹ ਜੀ ਮੈਂ ਦੁਬਾਰਾ ਮੰਗ ਕੇ ਲਿੱਤੀ ਮੈਨੂੰ ਹੋਰ ਚਾਹ ਪਿਆ ਵਾਹ ਜੀ ਹੁਣ ਆਪਾਂ ਇੱਦਾਂ ਕਰਨਾ ਲੋਕਡਾਊਨ 'ਚ ਜੇ ਆਪਣੇ ਸ਼ੋਅ ਸ਼ੂ ਨਾ ਲੱਗੇ ਨਾ ਹਲੇ ਸਾਲ ਖੰਡ ਹੋਰ ਚਾਹ ਦਾ ਤਾਂ ਕੰਮ ਤੋਰ ਕੇ ਰੱਖਣਾ ਆਪਣਾ ਹੈ ਨਾ ਰਾਈਟ ਸੋ ਤੁਹਾਨੂੰ ਸਾਹਮਣੇ ਵਿਊ ਵੀ ਦਿਖਾਉਣਾ ਮੈਂ ਜੰਨਤ ਹੈ ਜੀ ਮੈਨੂੰ ਤੁਹਾਡਾ ਪਿੰਡ ਵਾਕਈ ਬਹੁਤ ਸੋਹਣਾ ਲੱਗਿਆ ਮੈਨੂੰ ਪਤਾ ਨਹੀਂ ਸੀ ਵੀ ਇੱਧਰ ਨੂੰ ਇੰਨੀ ਗ੍ਰੀਨਰੀ ਹੋਊਗੀ ਹੈ ਨਾ ਸੋ ਆਹ ਲਓ ਜੀ ਹੁਣ ਆਪਾਂ ਪਹੁੰਚ ਰਹੇ ਹਾਂ ਐਂਟਰੀ ਕਰ ਰਹੇ ਹਾਂ ਬਾਈ ਉਹਨਾਂ ਦੇ ਪਿੰਡ ਤੁਸੀਂ ਦੇਖਦੇ ਜਾਇਓ ਫੁੱਲ ਬੂਟੇ ਹੈ ਨਾ ਆਹ ਦੇਖੋ ਪਾਮ ਟਰੀਜ਼ ਐਂਡ ਆਹ ਦੇਖੋ ਇੱਧਰ ਮੈਦਾਨ ਵੀ ਹੈਗਾ ਇੱਥੇ ਬਾਈ ਉਹਨੇ ਖੇਡਦੇ ਖੇਡਦੇ ਨੇ ਹੈ ਨਾ ਜੀ ਜੀ ਹਾਂਜੀ ਹਾਂਜੀ ਇਹ ਸਾਡੇ ਪਿੰਡ ਦਾ ਗਰਾਊਂਡ ਹੈ ਜੀ ਅਸੀਂ ਬਚਪਨ ਦੇ ਵਿੱਚ ਇੱਥੇ ਬਹੁਤ ਖੇਡੇ ਹਾਂ ਵਧੀਆ ਲੱਗਿਆ ਬਹੁਤ ਅੱਛਾ ਸਾਨੂੰ ਸਾਰੇ ਪਿੰਡ ਦੇ ਇੱਧਰ ਪੂਰੀ ਬਾਉਂਡਰੀ ਹੈ ਪਿੰਡ ਦੇ ਆਲੇ ਦੁਆਲੇ ਜਿੱਧਰੋਂ ਵੀ ਰਸਤਾ ਆਉਂਦਾ ਹਰ ਇੱਕ ਰਸਤੇ ਦੇ ਵਿੱਚ ਲੱਗਿਆ ਜਿਹੜੇ ਵੀ ਰਸਤੇ ਪਿੰਡ ਨੂੰ ਆਉਂਦੇ ਆ ਹਾਂਜੀ ਹਾਂਜੀ ਬਹੁਤ ਸੋਹਣਾ ਮੈਨੂੰ ਵਿਊ ਹੀ ਬੜਾ ਹੋਇਆ ਜੀ ਮਤਲਬ ਦਿਲ ਖਿੱਚ ਮਾ ਜਾ ਪਹਾੜਾਂ ਪੁੜਾਂ ਜਾਣ ਦੀ ਲੋੜ ਹੀ ਨਹੀਂ ਮੰਨਦਾ ਹਾਂਜੀ ਬੰਦਾ ਸ਼ਾਮ ਨੂੰ ਆਹ ਵੇਲਾ ਨਾ ਛੱਡੇ ਬਸ ਜਿਹੜਾ ਮਾਰ ਇੱਥੇ ਰੋਕਣਾ ਸੀਗਾ ਜੀ ਠੀਕ ਹੈ ਠੀਕ ਹੈ ਬਾਈ ਜੀ ਇਜਾਜ਼ਤ ਲੈਂਦੇ ਹੁਣ ਜੀ ਬਾਈ ਜੀ ਮੈਂ ਸੋਰੀ ਵਾਂਸ ਅਗੇਨ ਲਓ ਇੱਥੇ ਵਾਈਂਡ ਅਪ ਕਰ ਦੀ ਆਏ ਹਾਏ ਹਾਏ ਲੱਕੀ ਬਾਈ ਸੂਰਜ ਪਿੱਛੇ ਇਹ ਆ ਚੱਕ ਇਫੈਕਟ ਲੱਖਾਂ ਰੁਪਏ ਦਾ ਇਫੈਕਟ ਪਾਤਾ ਜੀ ਬਾਬੇ ਨੇ ਸੋ ਇਦਾਂ ਹੀ ਤੁਸੀਂ ਚਮਕਣਾ ਹੁਣ ਸਿੰਗਿੰਗ ਦੇ ਵਿੱਚ ਹੈ ਨਾ ਥੈਂਕ ਯੂ ਸੋ ਥੈਂਕ ਯੂ ਸੋ ਮਚ ਵਾਂਸ ਅਗੇਨ ਐਂਡ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਲਾਈਟਾਂ ਲਾਈਟਾਂ ਆਪਾਂ ਇੱਧਰ ਹੀ ਬਾਲ ਦਈਏ ਵਾਹ ਜੀ ਗਾ ਹੈ ਨਾ ਥੋੜ੍ਹੀ ਬਹੁਤੀ ਗੱਲ ਜੀ ਬਣ ਜੂਗੀ ਵਾਂਸ ਅਗੇਨ ਥੈਂਕ ਯੂ ਸੋ ਮਚ ਤੁਸੀਂ ਮੇਰੇ ਵਲੋਗ 'ਚ ਆਏ ਹੋ ਗੇੜੀ ਲਾਈ ਹੈ ਮੇਰੇ ਨਾਲ ਅਤੇ ਮੈਂ ਤੁਹਾਡੇ ਪਿੰਡ 'ਚ ਗੇੜੀ ਲਾਈ ਹੈ ਮੁੱਲਾਂਪੁਰ ਦੇ ਵਿੱਚ ਸੋ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਸੋ ਮਚ ਤੁਹਾਡਾ ਵੀ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਲਵ ਯੂ ਬਹੁਤ ਸਾਰਾ ਤੁਹਾਡਾ ਲਵ ਯੂ ਟੂ ਰੇ ਲਵ ਯੂ ਲੱਕੀ ਬਾਈ ਐਂਡ ਬੈਸਟ ਵਿਸ਼ਿਜ਼ ਸਿੰਗਿੰਗ ਵਾਲੀਆਂ ਹੁਣ ਏਰੀਆਂ ਲਿਆ ਕੇ ਰੱਖਣੀਆਂ ਬਾਈ ਨੇ ਅਤੇ ਆਪਾਂ ਬਸ ਬੁੱਲੇ ਲੁੱਟਣੇ ਨੱਚਿਆ ਕਰਨਾ ਇਹਨਾਂ ਦੇ ਗੀਤਾਂ 'ਤੇ ਅਤੇ ਬਸ ਬੈਕ ਟੂ ਬੈਕ ਗਾਣੇ ਹੀ ਗਾਣੇ ਨੇ ਜੀ ਹੁਣ ਲੱਕੀ ਬਾਈ ਸੋ ਮਿਲਦੇ ਹਾਂ ਜੀ ਆਪਾਂ ਵਲੌਗ 'ਤੇ ਗੇੜੀ ਵਿਦ ਗੁਰਜੀਤ ਬਾਏ ਬਾਏ ਬਾਰੀ ਬਰਸੀ ਖੱਟਣ ਗਿਆ ਸੀ ਖਟਕੇ ਲਿਆਂਦੀ ਮਠਿਆਈ ਹਾਏ 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 ਬਈ ਮਠਿਆਈ ਸੀ ਬੜੀ ਸਵੀਟ ਓਹੋ ਔਰ ਰਲ ਲਾਈਏ ਜੀ